ਗੱਲਾਂ ਨੂੰ ਲੋਕ ਲੈ ਕੇ ਆਤਾ ਕਰ ਰਹੇ ਨੇ ਜਿਨ੍ਹਾਂ ਗੱਲਾਂ ਦਾ ਜ਼ਿੰਦਗੀ 'ਚ ਕੋਈ ਵजूद ਹੀ ਨਹੀਂ ਮਤਲਬ ਹੀ ਨਹੀਂ ਬੰਦਾ ਕੋਈ ਮਤਲਬ ਹੀ ਨਹੀਂ ਜਦੋਂ ਪੁੱਛੀਦਾ ਵੀ ਕਿਉਂ ਮਰ ਗਿਆ ਇਹ ਜੀ ਵਿਆਹਿਆ ਸੀ ਇਹਦੀ ਵਾਈਫ ਨੂੰ ਲੈਣਗੇ ਉਹ ਆਈ ਨਹੀਂ ਆਰਾ ਨਹੀਂ ਆਈ ਤਾਂ ਮਰ ਥੋੜੀ ਜਾਏਗਾ ਹੁਣ ਉਹ ਆਏ ਨਾ ਆਏ ਕੀ ਕਰੇਗਾ ਮੈਂ ਚਾਹਣਾ ਕਿ ਆਪਾਂ ਨਾ ਖੁੱਲ ਕੇ ਗੱਲ ਕਰੀਏ ਇਸ ਚੀਜ਼ ਤੇ ਤੇ ਕੋਈ ਕਿਸਾ ਹੋ ਜਾ ਜੀ ਬਾਜੀ ਬਿਲਕੁਲ ਬਹੁਤ ਐਸੇ ਕਿਸੇ ਨੇ ਜਿੱਥੇ ਮੈਂ ਪਹੁੰਚਿਆ ਜਿੰਦਾ ਖੜਿਆ ਔਰ ਸਿਰਫ 1 ਮਹੀਨਾ ਪਹਿਲਾਂ ਇੱਕ ਨੀਸੰਗ ਕਰਨਾਲ ਦੇ ਕੋਲ ਸ਼ਹਿਰ ਜੀ ਜੀ ਉੱਥੋਂ ਦਾ ਮੁੰਡਾ ਕੈਪਸੈਟ ਹੋਇਆ ਕਰੋ ਨੇ ਮੈਨੂੰ ਫੋਨ ਕੀਤਾ ਔਰ ਮੈਂ ਉਹਨੂੰ ਇਹੀ ਗੱਲ ਕਹੀ ਵੀ ਯਾ ਤੇ ਮੈਨੂੰ ਫੋਨ ਨਹੀਂ ਸੀ ਕਰਨਾ ਜੇ ਕੀਤਾ ਹੀ ਤੇ ਮੈਨੂੰ ਹੁਣ ਤੂੰ 20 ਮਿੰਟ ਜ਼ਰੂਰ ਦੇਣੇ ਨੇ ਜੀ ਤਾਂ ਉਹਨੂੰ ਫੋਨ ਕੀਤਾ ਅਸੀਂ ਦੂਜੇ ਨੰਬਰ ਤੇ ਐਸਐਚਓ ਨੂੰ ਫੋਨ ਕੀਤਾ ਐਸਐਚਓ ਨੂੰ ਮੈਂ ਕਿਹਾ ਵੀ ਆ ਬੰਦਾ ਮੈਨੂੰ ਨਹੀਂ ਪਤਾ ਕਿਉਂਕਿ ਨਹਿਰਾ ਵਰਗੀ ਨਹਿਰ ਹੈ ਜੰਗਲ ਵਰਕੇ ਜੰਗਲ ਕਿਸ ਪੁਆਇੰਟ ਤੇ ਮੈਨੂੰ ਨਹੀਂ ਪਤਾ ਪਰ ਇਹ 20 ਮਿੰਟ ਦਾ ਇਹਨੂੰ ਮੈਂ ਟਾਈਮ ਦਿੱਤਾ ਔਰ ਮੈਨੂੰ ਲੱਗਦਾ ਕਿ ਮੈਨੂੰ ਇਹ ਟਾਈਮ ਦੇਵੇਗਾ ਲੇਕਿਨ ਉਸ ਤੋਂ ਬਾਅਦ ਇਹਨੇ ਡੁੱਬ ਜਣਾ ਆਤਮ ਹੱਤਿਆ ਕਰ ਰਣੀ ਮੇਰਾ ਤੇਰੇ ਤੋਂ ਰਸਤਾ 1 ਘੰਟੇ ਦਾ ਸਹੀ ਗੱਲ ਲੇਕਿਨ ਤੁਸੀਂ ਉਹ ਐਸਐਚਓ ਚਲੋ ਪੁਲਿਸ ਥੋੜਾ ਸਹੀ ਕਰ ਰਹੀ ਹੈ ਕੰਮ ਆਜ ਦੇ ਜ਼ਮਾਨੇ ਉਹਨਾਂ ਨੇ ਤੁਰੰਤ ਇੱਕ ਦੋ ਗੱਡੀ 깔ਤੀ ਇਧਰੋਂ ਮੈਂ ਵੀ ਭੱਜ ਗਿਆ ਔਰ ਉਹ ਬੰਦਾ ਉਹਦੀ ਮਾਂ ਹੂੰ ਮੇਰੇ ਜਾਣ ਤੋਂ ਪਹਿਲਾਂ ਬਿਲਕੁਲ ਕਿਨਾਰੀ ਦੇ ਬੈਠੀ ਸੀ ਖੁਦ ਮਾਂ ਵੀ ਆਤਮ ਮੱਤੇ ਦੀ ਕਗਾਰ ਤੇ ਸੀ ਠੀਕ ਹੈ ਤੇ ਉਹਨੂੰ ਮੈਂ ਪੁੱਛਿਆ ਮਾਤਾ ਕਿਵੇਂ ਕਹਿੰਦੀ ਵੀ ਮੇਰਾ ਪੁੱਤਰ ਘਰੋਂ ਕਹਿ ਗਿਆ ਵੀ ਮੈਂ ਮਰਨ ਚੱਲੇ ਆਂ ਮੈਨੂੰ ਲੱਭਾ ਨਹੀਂ ਮਾਂ ਮਾਤਾ ਚਿੰਤਾ ਨਾ ਕਰ ਤੇਰਾ ਬੱਚਾ ਜ਼ਿੰਦਾ ਚਿੰਤਾ ਨਾ ਕਰ ਫਿਰ ਤੇਰੇ ਨਾਲ ਤਾਂ ਫਿਰ ਲੋਕੇਸ਼ਨ ਕਢਾ ਲਈ ਲੋਕੇਸ਼ਨ ਆਈ ਨਹਿਰ ਤੋਂ 2 ਕਿਲੇ ਹਟਵਾ ਕਿਸੇ ਜੰਗਲ 'ਚ ਬੈਠਾ ਉੱਥੇ ਜਾ ਕੇ ਉਹਨੂੰ ਫੜਿਆ ਜ਼ਿੰਦਾ ਤੇ ਖੁਸ਼ੀ ਸਿਰਫ ਇਨ ਨੂੰ ਇੱਕੋ ਗੱਲ ਦੀ ਹੁੰਦੀ ਹੈ ਉਹ ਮਾਂ ਕਹਿੰਦੀ ਕਿ ਪੁੱਤਰ ਤੂੰ ਮੇਰੇ ਬੱਚੇ ਨੂੰ ਨਹੀਂ ਮੈਨੂੰ ਵੀ ਦੂਸਰਾ ਜਨਮ ਦੇ ਦਿੱਤਾ ਬਿਲਕੁਲ ਸਹੀ ਗੱਲ ਮੇਰਾ ਬੱਚਾ ਮੇਰੇ ਅੱਠ ਦੇ ਦਿੱਤਾ ਸੋ ਇਹ ਕਈ ਸੇਵਾਵਾਂ ਨੇ ਕਿਉਂਕਿ ਆਪਣੀ ਲਾਈਨ ਆਪੀ ਦੁਨੀਆ ਦੇ ਮੇਰਾ ਮੰਨ ਹੈ ਕਿ ਸਰ ਤੋਂ ਦਰਦਨਾਕ ਉਭਿਆਨਕ ਲਾਈਨ ਆਪ ਅਗਰ ਹੈ ਤੇ ਮੇਰੀ ਬਿਲਕੁਲ ਸਮਝ ਸਕਦੇ ਹੋ ਭਾਜੀ ਕਿਉਂਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਪਹਿਲੀ ਗੱਲ ਤਾਂ ਮੈਂ ਵੇਖੋ ਸਮੇਂ-ਸਮੇਂ ਤੇ ਅਰਜਤ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਇਹੀ ਅਪੀਲ ਕਰਾਂਗਾ ਕਿ ਆਤਮ ਹੱਤਿਆ ਦੇ ਨਾਲ ਜਿੰਦਗੀ ਦਾ ਕੋਈ ਸਮਾਧਾਨ ਨਹੀਂ ਸਹੀ ਗੱਲ ਹੈ ਜੀ ਜੇ ਆਪਾਂ 10 ਮਿੰਟ ਵੀ ਜੇ ਆਪਾਂ ਦੇ ਦੇ ਦिए ਜਾਣ ਤੋਂ ਪਹਿਲਾਂ ਤਾਂ ਮੇਰੇ ਹਿਸਾਬ ਨਾਲ ਕੀ ਆਪਾਂ ਕੋਈ ਨਾ ਕੋਈ ਹੱਲ ਕੱਢ ਸਕਦੇ ਆ ਭਾਜੀ ਮੈਂ ਸਪੋਜ਼ ਕਰੋ ਤੁਹਾਡਾ 5 ਲੱਖ ਦੇਣਾ ਤੇ ਅਗਰ ਮੈਂ ਆਤਮ ਹੱਤ ਕਰ ਜਾਗਾ ਪੈਸਾ ਉੱਥੇ ਦਾ ਉੱਥੇ ਖੜਾ ਉਹ ਤਾਂ ਉੱਥੇ ਹੀ ਹੈ ਜੀ ਸਾਰੀ ਉਮਰ ਦੀ ਬਦਨਾਮੀ ਖੜੀ ਬਿਲਕੁਲ ਜੀ ਮੇਰੇ ਮਰ ਨਾਲ ਮੇਰੀ ਮਾਂ ਮੇਰੀਆਂ ਚਾਰ ਧੀਆ ਮੇਰੀ ਵਾਈਫ 6 ਮੈਂ ਹੋਰ ਮਾਰ ਕੇ ਚੱਲੇ ਸਹੀ ਗੱਲ ਹੈ ਅਗਰ ਮੈਂ ਜਿੰਦਾ ਰਹਾਗਾ ਮੈਂ ਨਾ ਦਵਾਂਗਾ ਕੁਛ ਨਾ ਘਟਕਟ ਮੈਂ ਆਪਣੇ ਪਰਿਵਾਰ ਦੇ ਸਿਰ ਤੇ ਧੋਵਾਂਗਾ ਬਿਲਕੁਲ ਆਪਣੇ ਬੱਚੇ ਤੇ ਸੰਭਾਲਾਂਗਾ ਮੈਂ ਤਾਂ ਜਿੰਦਾ ਰਹਾਵਾਂਗਾ ਪਰਚਾ ਹੋ ਜਾਏਗਾ ਕੀ ਹੋ ਜਾਏਗਾ ਮੈਂ ਕਹਿੰਦਾ ਜੇ ਤੁਸੀਂ ਤਾਂ ਮਤ ਦੇ ਨਾਲ ਜ਼ਿੰਦਗੀ ਦਾ ਕੋਈ ਵੀ ਹੱਲ ਨਹੀਂ ਨਹੀਂ ਹੁੰਦਾ ਜੀ ਜ਼ਿੰਦਗੀ ਦਾ ਨਾਮ ਹੈ ਜੀਣਾ ਜ਼ਿੰਦਗੀ ਦਾ ਨਾਮ ਹੈ ਸੰਘਰਸ਼ ਕਰਨਾ ਹੁਣ ਜਿਵੇਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਕੁੜੀ ਕਰਨਾਲ ਦੇ ਅੰਦਰ ਮੈਂ ਕੱਢੀ ਸੀ ਉਹਦੇ 94% ਨੰਬਰ ਸੀ ਠੀਕ ਹੈ ਲੇਕਿਨ ਉਹ ਫਿਰ ਵੀ ਆਤਮ ਲੱਗਿਆ 94% ਆਉਣ ਤੋਂ ਬਾਅਦ ਵੀ ਉਹਨੇ ਆਤਮ ਚੈਲ ਟਰਾਈ ਕੀਤਾ ਅਸੀਂ ਗਏ ਗੁੜੀਆ ਕੱਢੀ ਉਹਦੇ ਉਵੇਂ ਆਈ ਕਾਰਡ ਵਗੈਰਾ ਲੱਗਾ ਹੋਇਆ ਸੀ ਸਾਰਾ ਸਕੂਲ ਦੇ ਕਾਗਜ਼ ਕੱਢੀ ਤਾਂ ਫਿਰ ਇੱਕ ਸਵਾਲ ਸੀ ਕਿ ਬੱਚੇ ਅਗਰ ਤੂੰ ਜਿੰਦਾ ਲੈਂਦੀ ਸਹੀ ਜ਼ਿੰਦਗੀ ਨਾਲ ਲੜਦੀ ਪੜਦੀ ਇਹ 94 ਤੋਂ 96 ਹੁੰਦੇ 96 ਤੋਂ 100 ਵੀ ਹੋ ਜਾਂਦੇ ਬਿਲਕੁਲ ਜੀ ਲੇਕਿਨ ਹੁਣ ਭਾਵੇਂ ਤੇਰੇ 200 ਆ ਜਾਣ ਤੂੰ ਤਾਂ ਆਪਣੀ ਜੀਵਨ ਲੀਲਾ ਕਦਮੀ ਕਰ ਲਈ ਤੇ ਸ਼ਾਇਦ ਸਾਰਿਆਂ ਨੂੰ ਪਿੱਛੇ ਇੱਕ ਪਛਤਾਵਾ ਵੀ ਦੇ ਗਈ ਹੈ 5-7 ਸਾਲ ਤੋਂ ਮਨੋਬਲੀਨਾ ਖਤਮ ਹੋ ਚੁੱਕਿਆ ਬਰਦਾਸ਼ਟ ਇੰਨੀ ਲੋਕਾਂ ਦੇ ਵਿੱਚ ਖਤਮ ਹੋ ਚੁੱਕੀ ਹੈ ਚਾਹੇ 12 ਸਾਲ ਦਾ ਬੱਚਾ ਹੈ ਇੱਕ ਕਰਨਾਲ ਦੇ ਵਿੱਚ ਬੱਚਾ ਮੈਂ ਕੱਢਿਆ ਸੀ 13 ਸਾਲ ਦਾ ਸਿਰਫ ਮਾਂ ਨੇ ਕਿ ਆ ਵੀ ਸਕੂਲੇ ਚਲਾ ਜਾ ਇਸੇ ਗੱਲ ਤੋਂ ਨਹਿਰੇਸ਼ਾਲ ਮਰ ਗਿਆ ਚਾਹੇ 60 ਸਾਲ ਦਾ ਹੈ ਚਾਹੇ 20 ਸਾਲ ਦਾ ਹੈ ਚਾਹੇ 15 ਸਾਲ ਦਾ ਅੱਜ ਕੋਈ ਕਿਸੇ ਦੀ ਬਰਦਾਸ਼ਟ ਨਹੀਂ ਬਰਦਾਸ਼ਟ ਕਰ ਰਿਹਾ ਸਹੀ ਗੱਲ ਐਨਾ ਬੁਰਾ ਇਹੋ ਜੀਆਂ ਗੱਲਾਂ ਨੂੰ ਲੋਕ ਲੈ ਕੇ ਆਤਾ ਕਰ ਰਹੇ ਨੇ ਜਿਨ੍ਹਾਂ ਗੱਲਾਂ ਦਾ ਜ਼ਿੰਦਗੀ 'ਚ ਕੋਈ ਵजूद ਹੀ ਨਹੀਂ ਮਤਲਬ ਹੀ ਨਹੀਂ ਬੰਦਾ ਕੋਈ ਮਤਲਬ ਹੀ ਨਹੀਂ ਜਦੋਂ ਪੁੱਛੀਦਾ ਵੀ ਕਿਉਂ ਮਰ ਗਿਆ ਇਹ ਜੀ ਵਿਆਹਿਆ ਸੀ ਇਹਦੀ ਵਾਈਫ ਨੂੰ ਲੈਣਗੇ ਉਹ ਆਈ ਨਹੀਂ ਆਰਾ ਨਹੀਂ ਆਈ ਤਾਂ ਮਰ ਥੋੜੀ ਜਾਏਗਾ ਹੁਣ ਉਹ ਆਏ ਨਾ ਆਏ ਕੀ ਕਰੇਗਾ ਸਹੀ ਗੱਲ ਸੋ ਦਰਦ ਮੈਂ ਖੁਦ ਦੱਸਦਾ ਭਾਜੀ ਪੰਜ ਸੱਤ 10 ਸਾਲ ਪਹਿਲਾਂ ਜਦੋਂ ਕੋਈ ਫੋਨ ਕਰਦਾ ਸੀ ਕਿ ਪ੍ਰਗਟ ਭਾਜੀ ਸਾਡਾ ਇੰਨੇ ਸਾਲਾਂ ਦਾ ਬੱਚਾ ਏ ਤੇ ਮਿਲ ਨਹੀਂ ਰਿਹਾ ਤੇ ਨਹਿਰ ਕਿਨਾਰੇ ਉਹਦਾ ਸਮਾਨ ਮਿਲਿਆ ਤਾਂ ਮੈਂ ਉਹਨਾਂ ਨੂੰ ਕਹਿ ਦਿੰਦਾ ਸੀ ਜਾਓ ਆ ਜਾਏਗਾ ਦੋ ਦਿਨਾਂ ਨੂੰ ਤਿੰਨਾਂ ਦਿਨਾਂ ਨੂੰ ਜਿੰਦਾ ਆ ਜਾਏਗਾ ਲੋਕਾਂ ਦੇ ਵਿੱਚ 10 ਸਾਲ ਪਹਿਲਾਂ ਵੀ ਕਾਫੀ ਫਰਕ ਸੀ ਲੇਕਿਨ ਅੱਜ ਕੋਈ ਇਹ ਫੋਨ ਕਰ ਦੇਣਾ ਕਿ ਮੇਰਾ 14 ਸਾਲ ਦਾ ਸੀ 13 ਦਾ ਸੀ ਨਹਿਰ ਤੋਆ ਮਿਲਿਆ ਪਿਆ ਰਖੀ ਦਾ ਪਰਮਾਤਮਾ ਤੇ ਭਲਾ ਕਰੇ ਕਰੇ ਨੀ ਦੇ ਸੱਜਣਾ ਤੇਰਾ ਬੱਚਾ ਗਿਆ